ਸਤਿ ਅਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਹੁਣੇ ਹੁਣੇ ਸਵਾਰੀਆਂ ਨਾਲ ਭਰੇ ਦੋ ਹਵਾਈ ਜਹਾਜ਼ ਆਪਸ 'ਚ ਟਕਰਾਏ। ਤਾਜ਼ਾ ਵੱਡੀ ਖਬਰ। ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਅਤੇ ਜਿਨ੍ਹਾਂ ਨੇ ਔਨਲਾਈਨ ਸ਼ੋਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ, ਉੱਥੇ ਜਾ ਕੇ ਤੁਸੀਂ ਔਨਲਾਈਨ ਸ਼ੋਪਿੰਗ ਕਰ ਸਕਦੇ। ਹਾਂ, ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੁਨੀਆ ਵਿੱਚ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਹੁਣ ਇੱਥੇ ਸਵਾਰੀਆਂ ਨਾਲ ਭਰੇ ਦੋ ਹਵਾਈ ਜਹਾਜ਼ ਆਪਸ 'ਚ ਟਕਰਾਏ, ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਦੁਬਈ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਦੁਬਈ ਦੇ ਏਅਰਪੋਰਟ 'ਤੇ ਦੋ ਜਹਾਜ਼ ਆਪਸ 'ਚ ਟਕਰਾ ਗਏ, ਪਰ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਹੈ। ਇਹ ਹਾਦਸਾ ਅੱਜ ਉਸ ਸਮੇਂ ਵਾਪਰਿਆ ਜਦੋਂ ਦੋ ਪੈਸੇਂਜਰ ਜੈੱਟ ਦੀ ਆਪਸ 'ਚ ਟੱਕਰ ਹੋ ਗਈ। ਇਹਨਾਂ 'ਚ ਇੱਕ ਇੱਕ ਉਡਾਨ ਦੁਬਈ ਦੀ ਸੀ ਅਤੇ ਦੂਜੀ ਉਡਾਨ ਬਹਿਰੀਨ ਦੇ ਏਅਰ ਗਲਫ ਦੀ ਸੀ। ਦੱਸਿਆ ਗਿਆ ਹੈ ਕਿ ਘਟਨਾ 'ਚ ਏਅਰਕ੍ਰਾਫਟ ਦਾ ਵਿਗਪਿਟ ਕੁਦਰਤੀ ਹੋ ਗਿਆ। ਵੀਰਵਾਰ ਦੀ ਸਵੇਰ ਵਾਪਰੀ ਇਸ ਘਟਨਾ ਕਾਰਨ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਦੁਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਵੀਰਵਾਰ ਸਵੇਰੇ ਇੱਕ ਹਾਦਸਾ ਟਲ ਗਿਆ। ਫਲਾਈ ਦੁਬਈ ਨੇ ਕਿਹਾ ਹੈ ਕਿ ਇਸ ਦਾ ਬੋਇੰਗ 737-8 ਕਿਰਗਿਸਤਾਨ ਜਾ ਰਿਹਾ ਸੀ ਤਦ ਇਹ ਛੋਟੀ ਜਿਹੀ ਘਟਨਾ ਹੋ ਗਈ। ਏਅਰਲਾਈਨ ਦੱਸਿਆ ਹੈ ਕਿ ਘਟਨਾ 'ਚ ਪੜਤਾਲੀ ਅਧਿਕਾਰੀਆਂ ਦੇ ਨਾਲ ਫਲਾਈ ਦੁਬਈ ਕੰਮ ਕਰਨਗੇ। ਵਾਪਰੀ ਘਟਨਾ ਨੂੰ ਲੈ ਕੇ ਯਾਤਰੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ। ਵਾਪਰੇ ਇਸ ਹਾਦਸੇ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਲਈ ਇੰਤਜ਼ਾਮ ਕੀਤੇ ਗਏ ਹਨ। ਇਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ 6 ਘੰਟਿਆਂ ਬਾਅਦ ਦੂਜੀ ਫਲਾਈਟ ਤੋਂ ਉਹਨਾਂ ਸਾਰੇ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ, ਜਿਸ ਤੋਂ ਬਾਅਦ ਯਾਤਰੀਆਂ ਵਿੱਚ ਰਾਹਤ ਦੇਖੀ ਗਈ। ਉੱਥੇ ਸਭ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਇਸ ਹਾਦਸੇ ਵਿੱਚ ਕੋਈ ਵੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਖਬਰ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।